ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ, ਉਹ ਬਾਬਾ ਜਿੰਦਾ ਸ਼ਾਹ ਮਦਾਰ ਜੀ ਦਾ ਕਲਮਾ ਲੈ ਕੇ ਹਾਜ਼ਰ ਹੋਇਆ। ਬਹੁਤ ਦੇਰ ਤੋਂ ਕੁਝ ਵੀਰ ਮੰਗ ਕਰ ਰਹੇ ਸੀ ਬਾਬਾ ਜਿੰਦਾ ਸ਼ਾਹ ਮਦਾਰ ਜੀ ਦੇ ਕਲਮੇ ਬਾਰੇ, ਜ਼ਿਕਰ ਕਰਦੇ ਹੁੰਦੇ ਸੀ, ਅਤੇ ਅੱਜ ਤੁਹਾਨੂੰ ਬਾਬਾ ਜਿੰਦਾ ਸ਼ਾਹ ਮਦਾਰ ਜੀ ਦਾ ਕਲਮਾ ਦੇਣ ਲੱਗੇ ਹਾਂ। ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣਾ, ਕਿਉਂਕਿ ਬਾਬਾ ਜਿੰਦਾ ਸ਼ਾਹ ਮਦਾਰ ਜੀ ਦਾ ਕਲਮਾ ਬਹੁਤ ਹੀ ਪਾਵਰਫੁੱਲ ਹੈ। ਬਹੁਤ ਮੁਸ਼ਕਿਲ ਦੇ ਨਾਲ ਸਾਨੂੰ ਇਹ ਕਲਮਾ ਮਿਲਿਆ ਆ, ਤੁਹਾਨੂੰ ਤਾਂ ਅੱਜ ਦੇਣ ਲੱਗੇ ਹਾਂ। ਬਹੁਤ ਤਾਕਤਵਰ ਕਲਮਾ ਆ, ਬਹੁਤ ਸ਼ਕਤੀ ਦੇ ਨਾਲ ਭਰਿਆ ਹੋਇਆ ਆ, ਅਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈਣਾ ਜੀ। ਅਤੇ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਉਹ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਘੰਟੀ ਵਾਲੇ ਬਟਨ ਨੂੰ ਦਬਾ ਦਿਓ, ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ। ਹੁਣ ਗੱਲ ਕਰਦੇ ਹਾਂ ਜੀ ਬਾਬਾ ਜਿੰਦਾ ਸ਼ਾਹ ਮਦਾਰ ਜੀ ਦੇ ਕਲਮੇ ਬਾਰੇ। ਦੋਸਤੋ, ਬਾਬਾ ਜਿੰਦਾ ਸ਼ਾਹ ਮਦਾਰ ਜੀ ਦੀ ਕਹਿੰਦੇ ਉਮਰ ਬਹੁਤ ਲੰਬੀ ਸੀ, ਸਭ ਤੋਂ ਕਾਫੀ ਉਮਰ ਲੰਬੀ ਭੋਗ ਕੇ ਗਏ ਨੇ। 596 ਸਾਲ ਇਹਨਾਂ ਦੀ ਉਮਰ ਹੋਈ ਆ, ਲਗਭਗ ਅੰਦਾਜ਼ਾ ਲਗਾਇਆ ਜਾ ਸਕਦਾ, ਜਿਹੜਾ ਕਿ ਜ਼ਿਕਰ ਹੁੰਦਾ ਹੈ ਕਿ 596 ਸਾਲ ਉਮਰ ਸੀ। 546 ਸਾਲ ਇਹਨਾਂ ਨੇ ਅੱਲਾਹ ਤਾਲਾ ਦੀ ਬੰਦਗੀ ਦੇ ਵਿੱਚ ਭੁੱਖੇ ਰਹੇ ਸੀ, ਰੋਜ਼ਾ ਰੱਖਿਆ ਸੀ, ਜਿਸ ਤਰੀਕੇ ਨਾਲ ਜਿੱਦਾਂ ਆਪਾਂ ਵਰਤ ਕਹਿ ਲੈਂਦੇ ਹਾਂ, 546 ਸਾਲ ਭੁੱਖੇ ਰਹੇ ਸੀ, ਇਹਨਾਂ ਨੂੰ ਭੁੱਖ ਹੀ ਨਹੀਂ ਸੀ ਲੱਗੀ। ਅਤੇ ਬਹੁਤ ਵੱਡੇ ਬਲੀ ਹੋਏ ਨੇ, ਬਹੁਤ ਵੱਡੀ ਸਰਕਾਰ ਆ ਇਹਨਾਂ ਨੂੰ, ਇਹਨਾਂ ਦਾ ਰੁਤਬਾ ਵੀ ਬਹੁਤ ਵੱਡਾ ਹੋਇਆ। ਇਹਨਾਂ ਨੇ ਹਰ ਥਾਂ ਦੇ ਉੱਤੇ ਜਾ ਕੇ ਲੋਕਾਂ ਦਾ ਭਲਾ ਕੀਤਾ ਸੀ, ਲੋਕਾਂ ਦੇ ਵਿਗੜੇ ਕੰਮ ਬਣਾਏ ਸੀ। ਜਿੱਥੇ ਜਿੱਥੇ ਵੀ ਇਹਨਾਂ ਨੇ ਆਪਣੀ ਯਾਤਰਾ ਕੀਤੀ ਹੈ, ਜਿੱਥੇ ਜਿੱਥੇ ਵੀ ਗਏ ਉੱਥੇ ਉੱਥੇ ਇਹਨਾਂ ਨੇ ਆਪਣਾ ਅੱਲਾਹ ਤਾਲਾ ਦੀ ਬੰਦਗੀ ਦੇ ਨਾਲ ਲੋਕਾਂ ਨੂੰ ਉੱਥੋਂ ਬਹੁਤ ਰਾਜ਼ੀ ਵੀ ਕੀਤਾ ਅਤੇ ਆਪਣੇ ਫੈਜ਼ ਦਿੱਤੇ ਨੇ। ਅਤੇ ਦੋਸਤੋ, ਇਹਨਾਂ ਦਾ ਨਾਂ ਕਾਨਪੁਰ ਉੱਤਰ ਪ੍ਰਦੇਸ਼ ਯੂਪੀ ਦੇ ਵਿੱਚ ਰੋਜ਼ਾ ਸ਼ਰੀਫ ਬਣਿਆ ਹੋਇਆ, ਅਤੇ ਉਸ ਰੋਜ਼ੇ ਨੂੰ ਛੋਟਾ ਮੱਕਾ ਕਿਹਾ ਜਾਂਦਾ ਹੈ, ਅਤੇ ਬਹੁਤ ਸੋਹਣਾ ਰੋਜ਼ਾ ਬਣਿਆ। ਜਦੋਂ ਕਿਤੇ ਤੁਸੀਂ ਯੂਪੀ ਦੇ ਵਿੱਚ ਕਾਨਪੁਰ 'ਚ ਗਏ, ਉੱਥੇ ਜਾ ਕੇ ਜ਼ਰੂਰ ਆਇਓ, ਉਹਨਾਂ ਦਾ ਰੋਜ਼ਾ, ਉਹਦੇ ਦਰਸ਼ਨ ਜ਼ਰੂਰ ਕਰਕੇ ਆਇਓ, ਬਹੁਤ ਸੋਹਣੇ ਬਣੇ ਨੇ। ਅਤੇ ਜ਼ਿਕਰ ਹੁੰਦਾ, ਕਹਿੰਦੇ ਕਿ ਜਿਨ੍ਹਾਂ ਨੇ ਮੱਕੇ, ਜਿਹੜੇ ਬੰਦੇ ਨਹੀਂ ਜਾ ਸਕਦੇ, ਉਹ ਇੱਥੇ ਜੇ ਚਲੇ ਜਾਣ ਤਾਂ ਉਹਨਾਂ ਦਾ ਹੱਜ ਕਬੂਲ ਹੋ ਜਾਂਦਾ। ਅਤੇ ਦੋਸਤੋ, ਤੁਸੀਂ ਇਸ ਰੋਜ਼ੇ ਸ਼ਰੀਫ 'ਚ ਵੀ ਜ਼ਰੂਰ ਜਾ ਕੇ ਆਉਣਾ, ਕਿਉਂ ਕਰਕੇ ਇਹ ਬਹੁਤ ਵੱਡਾ ਰੋਜ਼ਾ ਹੈ, ਅਤੇ 7 ਵਾਰ ਸਰਕਾਰਾਂ ਨੇ ਹੱਜ ਕੀਤਾ ਸੀ ਆਪਣੇ ਜੀਵਨ ਕਾਲ ਦੇ ਵਿੱਚ, ਅਤੇ 1446 ਰੋਜ਼ੇ ਇਹਨਾਂ ਦੇ ਪੂਰੇ ਵਰਲਡ ਦੇ ਵਿੱਚ ਬਣੇ ਹੋਏ ਨੇ। ਜਿੱਥੇ ਜਿੱਥੇ ਵੀ ਜਾਂਦੇ ਸੀ ਉੱਥੇ ਉੱਥੇ ਰੋਜ਼ਾ ਬਣਿਆ ਸੀ ਇਹਨਾਂ ਦਾ। ਅਜਮੇਰ ਸ਼ਰੀਫ ਦੇ ਵਿੱਚ ਵੀ ਇਹਨਾਂ ਦਾ ਚੋਟੀ ਦੇ ਉੱਪਰ ਇੱਕ, ਜਿੱਥੇ ਇਹਨਾਂ ਨੇ ਬੈਠ ਕੇ ਬੰਦਗੀ ਕੀਤੀ ਸੀ, ਕਈ ਸਾਲ ਭਗਤੀ ਕੀਤੀ ਸੀ, ਉਹ ਵੀ ਉੱਪਰ ਬਣਿਆ ਹੋਇਆ ਅਜਮੇਰ ਸ਼ਰੀਫ ਦੇ ਵਿੱਚ। ਜਦੋਂ ਕਿਤੇ ਤੁਸੀਂ ਗਏ ਉੱਥੇ ਚੋਟੀ 'ਤੇ ਜ਼ਰੂਰ ਦੇਖ ਕੇ ਆਇਓ। ਅਜਮੇਰ ਜਦੋਂ ਜਾਊਂਗੇ, ਬਾਬਾ ਜਿੰਦੇ ਸ਼ਾਹ ਮਦਾਰ ਦਾ ਟਿੱਲਾ ਕਿੱਥੇ ਆ, ਜਿੱਥੇ ਉਹਨਾਂ ਨੇ ਬੰਦਗੀ ਕੀਤੀ ਸੀ, ਕਾਫੀ ਮਸ਼ਹੂਰ ਆ, ਕਾਫੀ ਲੋਕ ਜਾਣਦੇ ਉਹਨਾਂ ਬਾਰੇ। ਤੁਸੀਂ ਉੱਥੇ ਜਦੋਂ ਪੁੱਛੋਗੇ ਤੁਹਾਨੂੰ ਤਾਂ ਹੀ ਦੱਸਣਗੇ। ਇਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਇਸ ਕਰਕੇ ਉੱਥੇ ਪੈਦਲ ਹੀ ਜਾਇਆ ਜਾਂਦਾ ਹੈ, ਕਈ ਵਾਰ ਸ਼ਾਮ ਵੀ ਪੈ ਜਾਂਦੀ ਹੈ, ਜਾਂਦੇ ਜਾਂਦੇ ਬਹੁਤ ਉੱਚੀ ਚੋਟੀ 'ਤੇ ਬਣਿਆ ਹੋਇਆ, ਪੈਦਲ ਜਾਣ ਦਾ ਹੀ ਰਸਤਾ ਹੈ, ਦੇਖ ਲੈਣਾ ਤੁਸੀਂ ਵੀ, ਜ਼ਰੂਰ ਜਾ ਕੇ ਆਉਣਾ। ਅਤੇ ਬਹੁਤ ਵੱਡੇ ਬਲੀ ਸਰਕਾਰ ਸੀਗੇ, ਇਹਨਾਂ ਦਾ ਰੁਤਬਾ ਬਹੁਤ ਵੱਡਾ ਸੀ, ਅੱਲਾਹ ਤਾਲਾ ਦੀ ਉਹ ਬੰਦਗੀ ਕਰਦੇ ਸੀ, ਅਤੇ ਉਹਨਾਂ ਦਾ ਹੀ ਇਹ ਕਲਮਾ ਅੱਜ ਤੁਹਾਨੂੰ ਦੇਣ ਜਾ ਰਹੇ ਹਾਂ। ਦੋਸਤੋ, ਇਹ ਸਾਰਾ ਕੁਝ ਦੱਸਣਾ ਜ਼ਰੂਰੀ ਸੀ, ਕਿਉਂ ਕਰਕੇ ਉਹਨਾਂ ਦਾ ਜ਼ਿਕਰ ਕੀਤਾ ਜਾਂਦਾ ਪਹਿਲਾਂ ਤਾਂ ਪਤਾ ਲੱਗੇ ਉਹਨਾਂ ਬਾਰੇ ਵੀ ਕੌਣ ਸੀ, ਜਿੰਨਾ ਚਿਰ ਆਪਾਂ ਨੂੰ ਨਹੀਂ ਪਤਾ ਹੋਵੇ ਅਸੀਂ ਉਹਨਾਂ ਚਿਰ ਕੋਈ ਜ਼ਿਕਰ ਜਾਂ ਗੱਲ ਨਹੀਂ ਕਰਦੇ, ਇਸ ਕਰਕੇ ਦੱਸਣਾ ਬਹੁਤ ਜ਼ਰੂਰੀ ਹੁੰਦਾ। ਤਾਂ ਦੋਸਤੋ, ਹੁਣ ਤੁਹਾਨੂੰ ਬਾਬਾ ਜਿੰਦਾ ਸ਼ਾਹ ਮਦਾਰ ਜੀ ਦਾ ਕਲਮਾ ਦੇਣ ਜਾ ਰਿਹਾ, ਅਤੇ ਕਲਮਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੇਵਾਂਗਾ ਲਿਖ ਕੇ, ਅਤੇ ਤੁਸੀਂ ਉੱਥੋਂ ਜ਼ਰੂਰ ਲੈ ਲਿਓ, ਪਰ ਕਈ ਵਾਰ ਮੈਂ ਥੋੜ੍ਹਾ ਜਿਹਾ ਲੇਟ ਪਾਉਂਦਾ ਹੁੰਦਾ, ਅਤੇ ਤੁਸੀਂ ਜ਼ਰੂਰ ਬਾਅਦ ਵਿੱਚ ਚੈੱਕ ਕਰ ਲਿਆ ਕਰੋ, ਮੈਂ ਉੱਥੇ ਜ਼ਰੂਰ ਪਾ ਦਾਂਗਾ, ਅਤੇ ਇਸ ਕਰਕੇ ਵਾਰ ਵਾਰ ਮੈਸੇਜ ਨਾ ਕਰਿਆ ਕਰੋ, ਸਾਨੂੰ ਪਤਾ ਆ। ਤੁਸੀਂ ਇਹਦਾ ਧਿਆਨ ਨਾਲ ਹੁਣ ਸੁਣ ਲਓ ਕਿ ਇਹਦੇ ਸ਼ਬਦ ਬੋਲ ਕੀ ਨੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬਾਬਾ ਜਿੰਦਾ ਸ਼ਾਹ ਮਦਾਰ ਹੋ ਕੇ ਸ਼ੇਰ 'ਤੇ ਸਵਾਰ, ਲਗਾਉਂਦਾ ਡੁੱਬੇ ਨੂੰ ਪਾਰ, ਅੱਲਾ ਪਾਕ ਦਾ ਵਲੀ, ਬੰਨ ਕੇ ਲਿਆਵੇ ਜਿੰਨ ਭੂਤ ਪ੍ਰੇਤ ਅਤੇ ਖਬੀਜ਼, ਕਰੇ ਸਭ ਦੀ ਭਲੀ, ਕਰਦਾ ਆਵੇ ਅਲੀ ਅਲੀ, ਲਾ ਇਲਾਹਾ ਇਲ ਇਲਾ ਮੁਹੰਮਦ ਯਾ ਰਸੂਲ ਅੱਲਾ। ਦੋਸਤੋ, ਇਹ ਸੀ ਕਲਮਾ, ਮੈਂ ਦੁਬਾਰਾ ਇੱਕ ਵਾਰ ਫਿਰ ਤੋਂ ਬੋਲ ਦਿੰਦਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬਾਬਾ ਜਿੰਦਾ ਸ਼ਾਹ ਮਦਾਰ ਹੋ ਕੇ ਸ਼ੇਰ 'ਤੇ ਸਵਾਰ, ਲਾਉਂਦਾ ਡੁੱਬੇ ਨੂੰ ਪਾਰ, ਅੱਲਾ ਪਾਕ ਦਾ ਵਲੀ, ਬੰਨ ਕੇ ਲਿਆਵੇ ਜਿੰਨ ਭੂਤ ਪ੍ਰੇਤ ਅਤੇ ਖਬੀਜ਼,
ਕਰੇ ਸਭ ਦੀ ਭਲੀ ਕਰਦਾ ਆਵੇ ਅਲੀ ਅਲੀ ਲਾ ਇਲਾਹਾ ਇਲ ਇਲਾ ਮੁਹੰਮਦ ਯਾ ਰਸੂਲ ਅੱਲਾ। ਤਾਂ ਦੋਸਤੋ ਇਹ ਸੀ ਬਾਬਾ ਜਿੰਨਾ ਸ਼ਾਹ ਮਦਾਰ ਜੀ ਦਾ ਕਲਮਾ, ਜੋ ਕਿ ਬਹੁਤ ਹੀ ਤਾਕਤਵਰ ਕਲਮਾ ਆ, ਛੋਟਾ ਜਿਹਾ ਕਲਮਾ ਆ, ਕੋਈ ਜ਼ਿਆਦਾ ਵੱਡਾ ਨਹੀਂ ਗਾ। ਹੁਣ ਤੁਸੀਂ ਇਸ ਨੂੰ ਜਪ ਕੇ ਬਾਬਾ ਜਿੰਦੇ ਸ਼ਾਹ ਮਦਾਰ ਦੀ ਜਿਹੜੀ ਤਾਕਤ ਹੈ ਉਹ ਤੁਹਾਨੂੰ ਮਿਲ ਸਕਦੀ ਹੈ, ਉਹਨਾਂ ਦੀ ਕਿਰਪਾ ਮਿਲ ਸਕਦੀ ਹੈ। ਅਤੇ ਹੁਣ ਇਹ ਜਿਹੜੀ ਵੀ ਤੁਸੀਂ ਕਲਾਮ ਜਿੱਦਾਂ ਤੁਹਾਨੂੰ ਦੱਸੀ ਸੀ ਉਸੇ ਤਰੀਕੇ ਨਾਲ ਤੁਸੀਂ ਕਰ ਲੈਣੀ ਆ, ਅਤੇ ਉਸੇ ਢੰਗ ਨਾਲ ਕਰਕੇ ਤੁਸੀਂ ਆਪਣੀ ਜਿਹੜੀ ਬਾਬਾ ਜਿੰਦਾ ਸ਼ਾਹ ਮਦਾਰ ਦੀ ਕਿਰਪਾ ਹਾਸਲ ਕਰ ਲੈਣੀ ਆ ਦੋਸਤੋ। ਅਤੇ ਹੁਣ ਤੁਸੀਂ ਵਿਧੀ ਸੁਣ ਲਓ ਵੀ ਇਹਨੂੰ ਕਿੱਦਾਂ ਕਰਨਾ ਆ। ਇਸ ਕਲਮੇ ਨੂੰ ਤੁਸੀਂ 41 ਦਿਨ ਲਗਾਤਾਰ ਪੜ੍ਹ ਲੈਣਾ, ਔਰ ਕਲਮਾ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਕਿਸੇ ਵੀ ਰੋਜ਼ੇ 'ਤੇ ਜਾ ਕੇ ਚੱਦਰ ਚੜ੍ਹਾਉਣੀ ਆ ਬਾਬੇ ਜਿੰਦੇ ਸ਼ਾਹ ਮਦਾਰ ਜੀ ਦੇ ਨਾਂ ਦੀ, ਅਤੇ ਉਹਨਾਂ ਦੀ ਨਿਆਜ਼ ਬਣਾਉਣੀ ਆ। ਫੁੱਲੀਆਂ ਪਤਾਸੇ 5 ਗੁਲਾਬ ਦੇ ਫੁੱਲ 5 ਅਗਰਬੱਤੀਆਂ ਉਹਨਾਂ ਦੇ ਨਾਂ ਦੀਆਂ ਦੇਣੀਆਂ। ਕਿਸੇ ਵੀ ਰੋਜ਼ੇ 'ਤੇ ਚੱਲ ਜਾਣਾ, ਉੱਥੇ ਨਾਮ ਲੈ ਕੇ ਜ਼ਿਕਰ ਕਰਕੇ ਸਰਕਾਰਾਂ ਦਾ ਕਿ ਸਰਕਾਰ ਜਿਹੜੇ ਵੀ ਰੋਜ਼ੇ 'ਤੇ ਤੁਸੀਂ ਜਾਓਗੇ ਉੱਥੇ ਗੱਲ ਜ਼ਿਕਰ ਕਰਨਾ ਕਿ ਬਾਬਾ ਜੀ ਅਸੀਂ ਜਿੰਦਾ ਸ਼ਾਹ ਮਦਾਰ ਜੀ ਦੀ ਕਲਾਮ ਨੂੰ ਪੜ੍ਹਨ ਜਾ ਰਹੇ ਹਾਂ, ਅਤੇ ਇਹ ਉਹਨਾਂ ਦਾ ਭੋਗ ਪ੍ਰਸ਼ਾਦ ਹੈ, ਉਹਨਾਂ ਤੱਕ ਪਹੁੰਚ ਜੂਗਾ, ਅਤੇ ਤੁਸੀਂ ਆਪਣੀ ਕਿਰਪਾ ਬਰਸਾਇਓ, ਆਪਣਾ ਆਸ਼ੀਰਵਾਦ ਬਣਾਈ ਰੱਖਿਓ ਸਾਡੇ ਉੱਤੇ, ਸਾਡੇ ਸਾਰੇ ਜਿਹੜੇ ਵਿਗੜੇ ਕੰਮ ਬਣਦੇ ਰਹਿਣ, ਤੁਹਾਡੀ ਕਿਰਪਾ ਸਾਨੂੰ ਮਿਲਦੀ ਰਹੇ, ਪ੍ਰਾਪਤ ਹੁੰਦੀ ਰਹੇ। ਬਸ ਇੰਨਾ ਕੁ ਸਾਨੂੰ ਆਪਣਾ ਆਸ਼ੀਰਵਾਦ ਦੇਈ ਰੱਖਿਓ, ਬਣਾਈ ਰੱਖਿਓ। ਤੁਸੀਂ ਇੰਨੀ ਗੱਲ ਕਹਿ ਕੇ ਘਰ ਆ ਜਾਣਾ ਜੀ, ਅਤੇ ਉਹ ਜਿਹੜੇ ਜਿੱਥੇ ਵੀ ਤੁਸੀਂ ਸਰਕਾਰਾਂ ਦਾ ਜੋ ਦੇ ਕੇ ਆਏ ਸਮਾਨ ਦੇ ਕੇ ਆਏ ਹੋ ਉਹ ਉਹਨਾਂ ਤੱਕ ਆਪੇ ਪਹੁੰਚ ਜਾਏਗਾ। ਬਸ ਤੁਸੀਂ ਉਹਨਾਂ ਦਾ ਜ਼ਿਕਰ ਕਰ ਦਿੱਤਾ ਉੱਥੇ ਜਾ ਕੇ ਰੋਜ਼ੇ 'ਤੇ, ਅਤੇ ਉਹਨਾਂ ਤੱਕ ਪਹੁੰਚ ਜਾਂਦਾ। ਅਤੇ ਬਸ ਇੰਨੀ ਗੱਲ ਕਰਕੇ ਤੁਸੀਂ ਘਰ ਆ ਕੇ ਆਪਣਾ ਜੋ ਕਿ ਸਾਫ਼ ਆਸਣ ਲੈ ਲੈਣਾ। ਇਹਦੇ ਵਿੱਚ ਤੁਸੀਂ ਕੋਸ਼ਿਸ਼ ਕਰਨਾ ਕਿ ਚਿੱਟੇ ਕੱਪੜੇ ਜੇ ਵਾਈਟ ਕੱਪੜੇ ਹੋਣ ਉਹਦਾ ਪਾ ਕੇ ਹੀ ਵਿਰਧ ਕਰਨਾ, ਜੇ ਕੁੜਤਾ ਪਜਾਮਾ ਸਾਫ਼ ਹੈਗਾ ਤਾਂ ਉਹ ਪਾ ਲੈਣਾ, ਜੇ ਚਿੱਟਾ ਨਹੀਂ ਹੈਗਾ ਤਾਂ ਕੋਈ ਦਿੱਕਤ ਨਹੀਂ, ਕਿਸੇ ਵੀ ਰੰਗ ਦਾ ਪਾ ਸਕਦੇ, ਉਹਦੇ 'ਚ ਕੋਈ ਵਹਿਮ ਕਰਨ ਦੀ ਗੱਲ ਨਹੀਂ। ਚਿੱਟਾ ਤਾਂ ਕਹਿੰਦੇ ਸੀ ਵੀ ਚਲੋ ਸੂਫੀ ਸੰਤ ਸੀ, ਸੂਫੀ ਫੱਕਰ ਸੀਗੇ, ਇਹਨਾਂ ਦੀ ਕਿਰਪਾ ਬਹੁਤ ਜਲਦੀ ਮਿਲਦੀ ਆ। ਅਤੇ ਸਿਰ ਢੱਕ ਕੇ ਆਪਣਾ ਪਾਕ ਸਾਫ਼ ਹੋ ਕੇ ਨਹਾ ਧੋ ਕੇ ਹੀ ਕਰਨਾ, ਅਤੇ ਜਿੰਨੇ ਦਿਨ ਤੁਸੀਂ ਇਹਨਾਂ ਦਾ ਕਲਮਾ ਪੜ੍ਹਨਾ ਆ ਉਨੇ ਦਿਨ ਘਰ ਦੇ ਵਿੱਚ ਕੋਈ ਵੀ ਗਲਤ ਚੀਜ਼, ਮੀਟ, ਆਂਡਾ, ਸ਼ਰਾਬ ਬਿਲਕੁਲ ਨਾ ਬਣੇ, ਇੰਨੀ ਚੀਜ਼ ਦਾ ਪਰਹੇਜ਼ ਰੱਖਣਾ ਆ। ਅਤੇ ਹੋਰ ਵੀ ਕੋਈ ਇੱਧਰ ਉੱਧਰ ਦੀ ਕੋਈ ਚੁਗਲੀ ਜਾਂ ਕਿਸੇ ਦੀ ਨਹੀਂ ਕਰਨੀ, ਬਸ ਆਪਣਾ ਪੂਜਾ ਪਾਠ ਜੋ ਵੀ ਕਰਦੇ ਹੋ ਆਪਣਾ ਕਲਮਾ ਕਰਕੇ ਸਿੱਧ ਕਰਕੇ ਇਹਨੂੰ, ਅਤੇ ਦੇਖਿਓ ਫਿਰ ਥੋੜ੍ਹੇ ਦਿਨਾਂ ਦੇ ਵਿੱਚ ਤੁਹਾਨੂੰ ਬਾਬਾ ਜਿੰਦਾ ਸ਼ਾਹ ਮਦਾਰ ਜੀ ਆਪਣੇ ਉੱਤੇ ਕਿਰਪਾ ਦੇਣਗੇ, ਤੁਹਾਨੂੰ ਦਰਸ਼ਨ ਵੀ ਦੇਣਗੇ, ਸੁਪਨੇ ਵਿੱਚ ਵੀ ਦੱਸਦੇ ਜਾਣਗੇ, ਜਾਂ ਕਈ ਵਾਰ ਇੱਦਾਂ ਹੁੰਦਾ ਕਿ ਸਾਹਮਣੇ ਵੀ ਆ ਜਾਂਦੇ ਆ, ਔਰ ਤੁਹਾਡੀ ਉਹ ਸਾਰਾ ਕੁਝ ਬੰਦਗੀ ਦੇ ਉੱਤੇ ਆ। ਅਤੇ ਉਹ ਤੁਹਾਡੀ ਬੰਦਗੀ ਜਿੰਨੀ ਕੁ ਪਾਵਰਫੁੱਲ ਹੋਏਗੀ ਉਨਾ ਕੀ ਤੁਹਾਨੂੰ ਤਾਕਤ ਉਹਨਾਂ ਦੀ ਮਿਲੇਗੀ, ਪਰ ਦਰਸ਼ਨ ਤਾਂ ਜ਼ਰੂਰ ਦਿੰਦੇ ਨੇ ਇੱਕ ਵਾਰ ਜਦੋਂ ਵੀ ਤੁਸੀਂ ਕਰੋਗੇ। ਉਹਦੇ ਵਿੱਚ ਤੁਹਾਨੂੰ ਚਿੱਟਾ ਜਿੱਦਾਂ ਕੋਈ ਘੋੜੇ 'ਤੇ ਫਕੀਰ ਨਜ਼ਰ ਆਏਗਾ ਜਾਂ ਕੋਈ ਸ਼ੇਰ ਨਜ਼ਰ ਆਏਗਾ, ਬੜਾ ਇੱਦਾਂ ਦੇ ਚਮਤਕਾਰ ਹੁੰਦੇ ਆ ਵਿੱਚ। ਅਤੇ ਇਹ ਤੁਸੀਂ ਦੇਖ ਲੈਣਾ ਅਲੱਗ ਅਲੱਗ ਤਰੀਕੇ ਦੇ ਅਨੁਭਵ ਲੋਕਾਂ ਦੇ ਨਾਲ ਹੁੰਦੇ ਆ, ਅਤੇ ਉਹਦੇ ਵਿੱਚ ਵਹਿਮ ਨਹੀਂ ਕਰਨਾ, ਡਰਨਾ ਨਹੀਂ ਕਿਸੇ ਚੀਜ਼ ਤੋਂ, ਘਬਰਾਉਣਾ ਨਹੀਂ। ਇਹ ਸੀ ਕਲਮਾ, ਅਤੇ ਇਹ ਸੀ ਵੀਡੀਓ। ਜੇ ਚੰਗੀ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ। ਜੈ ਪੀਰਾਂ ਦੀ, ਜੈ ਮਸਤਾਂ ਦੀ।